ਬਾਬੇ ਓ ਕਿੱਦਾਂ ਹਾਲ ਚਾਲ ਤੁਹਾਡਾ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਜਿਹਦਾ ਨਾਮ ਆ 07 ਵਾਲੇ। ਅਤੇ ਅੱਜ ਤੁਹਾਡੇ ਸਾਰਿਆਂ ਲਈ ਇੱਕ ਆਪਾਂ ਸਰਪ੍ਰਾਈਜ਼ ਲੈ ਕੇ ਆਏ ਹਾਂ, ਬਹੁਤ ਘੈਂਟ ਜਿਹਾ ਸਰਪ੍ਰਾਈਜ਼ ਆ, ਉਹ ਤੁਹਾਨੂੰ ਦੱਸਾਂਗੇ ਆਪਾਂ ਬਲੌਗ ਦੇ ਐਂਡ 'ਚ। ਬਣੇ ਰਹੋ ਬਲੌਗ ਦੇ ਨਾਲ, ਪੂਰਾ ਬਲੌਗ ਜ਼ਰੂਰ ਦੇਖਿਓ ਤਾਂ ਤੁਹਾਨੂੰ ਸਮਝ ਲੱਗਣੀ ਆ ਵੀ ਅੱਜ ਤੁਹਾਡੇ ਲਈ ਕੀ ਸਰਪ੍ਰਾਈਜ਼ ਆ। ਅਤੇ ਕਮੈਂਟ ਯਾਰ ਕਮੈਂਟ ਜ਼ਰੂਰ ਕਰਿਆ ਕਰੋ, ਹੈ ਨਾ। ਅਤੇ ਕਮੈਂਟ ਚਾਹੇ ਤੁਹਾਨੂੰ ਮਾੜਾ ਹੀ ਲੱਗਦਾ ਬਲੌਗ, ਹੈ ਨਾ, ਜੇ ਨਹੀਂ ਵੀ ਵਧੀਆ ਲੱਗਦਾ ਹੁੰਦਾ ਤਾਂ ਵੀ ਕਮੈਂਟ ਕਰ ਦਿਓ, ਠੀਕ ਆ, ਆਪਾਂ ਅੱਗੇ ਤੋਂ ਵਧੀਆ ਕਰ ਦਿਆ ਕਰਾਂਗੇ। ਆਪਣੇ ਕਿਹੜਾ ਪੈਸੇ ਲੱਗਦੇ ਯਾਰ, ਫੋਨ ਚੱਕ ਕੇ ਹੀ ਕਰਨਾ ਆ, ਹੈ ਨਾ। ਜੇ ਨਹੀਂ ਵੀ ਵਧੀਆ ਲੱਗਦਾ ਕਮੈਂਟ ਕਰ ਦਿਆ ਕਰੋ, ਕੋਈ ਚੱਕਰ ਨਹੀਂ, ਠੀਕ ਹੈ ਨਾ। ਵਧੀਆ ਕਰਿਆ ਕਰਾਂਗੇ ਫਿਰ ਆਪਾਂ ਉਹ ਤੋਂ ਵੀ, ਕਿਉਂਕਿ ਮੈਨੂੰ ਹੀ ਫਿਰ ਪਤਾ ਲੱਗ ਜਾ ਕਰੂੰਗਾ ਵੀ ਕੀ ਨਹੀਂ ਹੈਗਾ ਵਧੀਆ, ਹੈ ਨਾ ਬਲੌਗ 'ਚ। ਕਮੈਂਟ ਕਰ ਦਿਆ ਕਰੋ, ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਤਾਂ ਕਰਨਾ ਹੀ ਕਰਨਾ ਆ, ਉਹ ਤਾਂ ਤੁਸੀਂ ਭੁੱਲਣਾ ਹੀ ਨਹੀਂ, ਠੀਕ ਆ। ਅਤੇ ਇਹ ਕੰਮ ਜ਼ਰੂਰੀ ਆ, ਠੀਕ ਹੈ ਨਾ। ਅਤੇ ਸਰਪ੍ਰਾਈਜ਼ ਐਂਡ 'ਚ ਆ, ਫਿਰ ਬਣੇ ਰਹੋ ਬਲੌਗ ਦੇ ਨਾਲ। ਆ ਜਾਓ ਫਿਰ ਬਲੌਗ ਦੀ ਕਰਦੇ ਹਾਂ ਅੱਜ ਸ਼ੁਰੂਆਤ, ਮਿਲਦੇ ਹਾਂ। ਹਾਂਜੀ, ਅੱਜ ਜਾ ਰਹੇ ਹਾਂ ਆਪਾਂ ਜਲੰਧਰ ਨੂੰ, ਖੜੇ ਪਰ ਸਲਾਹ ਬਣ ਗਈ। ਬੰਦੇ ਕਹਿੰਦੇ ਫਿਲਮ ਦੇਖਣ ਜਾਣਾ, ਕਹਿੰਦੇ ਫਿਲਮ ਬਹੁਤ ਸੋਹਣੀ ਆ, ਮੰਨੂ ਭਾਈ ਦੀ ਫਰਮਾਇਸ਼ 'ਤੇ ਭਾਅ ਜੀ ਕਹਿੰਦਾ ਫਿਲਮ ਦੇਖਣ ਜਾਣੀ ਆ। ਹੁਣ ਫਿਰ ਫਿਲਮ ਦੇਖਣ ਜਾ ਰਹੇ ਹਾਂ, ਟਾਈਮ ਜ਼ਿਆਦਾ ਹੋ ਗਿਆ, ਚਲੋ ਪਰ ਜਾਵਾਂਗੇ। ਆਹ ਭਾਜੀ ਜ਼ਰੂਰ। ਅੱਛਾ ਜੀ, ਹਾਂਜੀ, ਹੋਰ ਬੰਦੇ ਨਾਲ ਮਿਲਾ ਦੀ ਇੱਕ ਨਾਲ, ਉਹਨਾਂ ਵੀ ਮਿਲਾ ਜੀ। ਉਹ ਫਿਲਮ ਦੇਖਣ ਚੱਲਾ ਕਿ ਵਿਆਹ 'ਤੇ ਚੱਲਾ? ਉਹ ਹੁਣ ਪਤਾ ਨਹੀਂ ਹੁਣ ਕਿੱਥੇ ਚੱਲਾ, ਮੜਿਆ ਘੁਮਾਏ ਦੋ ਕੈਮਰਾ ਲੈ ਪਹੁੰਚ ਗਏ ਸੀਗੇ ਜਲੰਧਰ, ਲੇਟ ਹੋ ਗਏ ਯਾਰ, 15 ਮਿੰਟ ਲੇਟ ਆ, ਬਹੁਤ ਲੇਟ ਹੋ ਗਿਆ। ਸਵਾਦ ਤਾਂ ਨੀ ਖਰਾਬ ਹੋਣ ਦਿੰਦੇ, ਹੁਣ ਆਪਾਂ ਜਾ ਕੇ ਫਿਰ ਫਿਲਮ ਦੇਖ ਕੇ ਇਹਨਾਂ ਨੂੰ ਆ ਕੇ ਰਿਵਿਊ ਵੀ ਦੇਣਾ ਕਿੱਦਾਂ ਦੀ ਆ। ਹੈਂ ਗੈਂਗ ਸਾਡੀ ਆ, ਮਿਲਦੇ ਆ ਫਿਰ, ਹੁਣ ਇੰਟਰਵਲ 'ਚ ਮਿਲਦੇ ਆ। ਪਹੁੰਚ ਗਏ ਆ, ਲੇਟ ਹੋ ਗਏ, ਸੌਰੀ ਆ, ਬਾਪ ਕੀ ਕਸਮ ਕਿਸੇ ਸੇ ਵੀ ਨਹੀਂ। ਮਿਲਦੇ ਆ ਫਿਰ, ਜੁੜੇ ਰਹੋ ਸਾਡੇ ਨਾਲ। ਜੀ ਮੁੜ ਕੇ ਹਾਲ ਲੈਣੇ ਪੂਰੀ ਫਿਲਮ ਦੇਖ ਲਈ ਪਰ ਆ ਨੀ ਮੁੱਕੇ ਹੈ ਪਤੰਦਰ, ਜਿੱਦਾਂ ਜਿੱਦਾਂ ਖਾਈ ਜਾਂਦੇ ਆਪ ਹੀ ਭਰੀ ਜਾਂਦੇ ਆ, ਹੋਰ ਭਰੀ ਜਾਂਦੇ। ਫਿਲਮ ਕਿੱਦਾਂ ਦੀ ਲੱਗੀ ਮੈਨੂੰ? ਗੱਡੀ ਉਧਰ ਲਾਈਓ ਆ, ਇਹ ਭਾਜੀ ਹੁਣੀ ਇੱਧਰ ਬਾਹਰ ਨਿਕਲ ਜਾਂਦੇ, ਦਿਮਾਗ ਹੈ ਨਹੀਂ ਤੁਹਾਡਾ ਯਾਰ। ਉਹ ਭਾਈ ਫਿਲਮ ਕਿੱਦਾਂ ਲੱਗੀ? ਹੈਂ ਤੈਨੂੰ ਤਾਂ ਪੁੱਛਿਆ ਨੀ, ਹੈਰੀ ਨੂੰ ਪੁੱਛਿਆ ਜੀ, ਹੈਰੀ ਨੂੰ ਪੁੱਛਿਆ। ਵਧੀਆ ਜੀ ਭਾਜੀ, ਇਹ ਕੈਨੇਡਾ ਤੋਂ ਆਇਆ ਫਿਲਮ ਦੇਖਣ ਸਪੈਸ਼ਲ ਇੱਥੇ, ਕਹਿੰਦਾ ਕੈਨੇਡਾ ਲੱਗੀ ਨੀ। ਪਰ ਇਹ ਗੱਲ ਹੈ ਮੁੰਡਾ ਪਾਪੇ ਦਾ ਫੇਮ ਹੋਇਆ, ਪਾਪਾ ਕਿਹੜੀ ਗੱਲ ਕਹਿੰਦਾ, ਕਰਨੀ ਪੈਂਦੀ ਹੈ ਇਹਨੂੰ। ਹਾਂ ਸਹੀ ਗੱਲ ਹੈ, ਪਾਪਾ ਕਹਿ ਰਿਹਾ ਕਰਨੀ ਪੈਂਦੀ, ਉਧਰ ਵਾਲੀ ਹੈ ਪਾਣੀ ਵਾਲੀ ਹੈ, ਮੋੜ ਜਿੱਦ ਨੂੰ ਪੋਣੀ ਹੈ ਪਾਪੇ ਨੇ ਕਹਿੰਦਾ ਉਧਰ ਪੋਣੀ ਹੈ। ਫਿਲਮ ਵਧੀਆ ਸੀ ਐਨ, ਫਿਲਮ ਵਧੀਆ ਸੀ, ਪਰ ਜੇ ਫਿਲਮ ਦੇਖਣ ਆਉਣਾ ਭੁੱਲ ਕੇ ਵੀ ਆਹ ਚੀਜ਼ ਨਾ ਲਿਓ, ਇਹ ਆਪਣੇ ਆਪ ਭਰਦੀ ਰਹਿੰਦੀ ਹੈ, ਜਿੱਦਾਂ ਖਾਂਦੇ ਰਹਿੰਦੇ। ਛੋਟੇ ਲੈ ਲਿਓ, ਛੋਟੇ ਨਹੀਂ ਭਰਦੇ, ਇਹ ਭਰਦੇ ਰਹਿੰਦੇ। ਹਾਂਜੀ ਬੜੇ ਨਾ ਲਿਓ, ਬੜੇ ਨੇ ਮੋਲੇ ਵੇ, ਜਿੱਦਾਂ ਖਾਈ ਜਾਂਦੇ ਨਾਲ ਨਾਲ ਭਰੀ ਜਾਂਦੇ ਆ ਬਈ। ਗਰੀ ਨੇ ਲਗਾ ਲਈ ਛੋਟੀ ਤੇ ਡਿਗਿਆ ਵੀ ਇੱਥੇ ਅੰਦਰ ਵੀ ਦੱਸੋ। ਉਹ ਮੰਨੂ ਆਂਟੀ ਦੱਸ ਮੋਰਲੀ ਕਿੱਦਾਂ ਕਰਦੀ ਸੀ? ਆਂਟੀ ਕਰਦੀ ਸੀ ਦੱਸੀ, ਤਾਂ ਰੌਕੀ ਨੂੰ ਭਾਈ ਹੁੰਦਾ ਸੀਗਾ, ਰਾਤ ਨਾਲ ਅਰਦਾਸ ਸ਼ੁਰੂ ਹੋ ਜਾਂਦੀ ਸੀ ਰੌਕੀ ਨੂੰ, ਭਾਈ ਉਹ ਵੀ ਨਾ ਪਾ ਜੀ, ਫਿਰ ਤਾਂ ਜਦੋਂ ਉਹ ਗੋਲੀ ਵੱਜਣ ਲੱਗਦੀ ਫਿਰ ਤਾਂ ਹੋ ਜਾਂਦਾ ਸੀ। ਫਿਰ ਤਾਂ ਬਈ ਵੀ ਮੋਨ ਅਰਦਾਸ ਭਾਈ, ਰੌਕੀ ਮੋਰੇ ਆਂਟੀ ਸੀਗੀ, ਉਹ ਇਦਾਂ ਕਰਨ ਲੱਗੀ ਹੋ ਸੀ।
थोड़े टाइम तक मिलते हैं मेरा मानना ये है कि जो अच्छा बेसिक्स जिसके हैं जिस प्लेयर की जो अच्छा टेस्ट प्लेयर है वो पहुंच गए हैं जी आप अपने पुराना स्कूल सच थानू पहले दिखा दिए जिथे आप क्रिकेट खेडी भी है ये सगा जी पहला स्कूल बहुत ही मशहूर स्कूल गुरु नानक पब्लिक स्कूल मोरा वाली जेडे मोराली दे आते मोराली दे नाल दे पिंडा दे ना उन्होंने ये स्कूल बारे पक्की जानकारी होनी क्योंकि पहलियां च ना ये एक ही स्कूल हुंदा जी जो सारे आले दुआले पिंडा दे भी इत्थे आउंदे हुंदे सीगे हुण थानू लैके चलते हैं अपनी ग्राउंड च ग्राउंड दिखा दी थानू अपनी लो जी आहो खेलना ही आ दे मैं आ सोना जहा चौकी दे कल ले आ कहिंदा मेरी वीडियो ना बनाई चौकी दिखा दे अपना मूह यार कल ले हाँ दे आप बंदे नूं तुसीं जाणदे होणे आ हाथ खड़ा कर दे हाथ खड़ा कर ये झोटा साडे पिंड दा झोटा इहनूं झोटा कहिंदे ने मुंडे नूं उदां दा मुंडे यार लड्डू कहिंदे ने प्यार नाल असली ना की है तेरा हाँ जसकरन सिंह है मुंडे नाल ये अज दिखाउणे थानू इहदे जोर क्रिकेट च ग्राउंड देख लो करन सिंह किन्ने रन बनाए एंड तक ले गया उदा मुंडा मैच कहते ड्रॉ करता है ठीक है जी सोलह ਗਲਾਟ ਕੀ ਦੇਖਦਾ ਆ ਉਹ ਵੱਲੇ ਤਰੇ ਲੈ ਭਰਾ ਦੇਖਣ ਲੱਗ ਪਿਆ ਧੰਨਵਾਦ ਯਾਰ ਗਲਾਟ ਤੇਰਾ ਬਹੁਤ ਬਹੁਤ ਸਬਸਕ੍ਰਾਈਬ ਕਰ ਲਿਆ ਲੈ ਮੈਂ ਆਊਟ ਹੋ ਗਿਆ ਆ ਜ਼ਰੂਰ ਪਾਉਣੀ ਵੀਡੀਓ ਲੈ ਪਾ ਦੂੰਗਾ ਭਾਜੀ ਕਿਹੜੀ ਗੱਲ ਆ ਝੋਟਾ ਆਊਟ ਹੋ ਗਿਆ ਹੁਣ ਕਹਿੰਦੇ ਬੋਲਿੰਗ ਕਰਾਉਣਗੇ ਓਏ ਹੋਏ 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 ਹੋ ਗਏ ਬੰਦੇ ਦੀ ਐਂਟਰੀ ਕਹਿੰਦੇ ਭਾਈ ਸਤਿ ਸ੍ਰੀ ਅਕਾਲ आया चौकी जिन्ना निका उन्ना ही तिखा बहुत छक्के मारदा यार ये फैन है मैं देख लो एक होर मारता चौकी छक्का देखा फिर ये हटदा कि सिक्सर कहेंगे मुंडे नूं कहिंदे ने ते का आया मनी है ऐदा कल बैठा है सौ गई कल मनी भाजी परने पिछे राज की आ चल आ दिखा दे एक बार दिखा मेरा ब्याह नहीं होना मुड़ के जे राज जखता ले दस यार दिखा दे मैं भरावा कुड़ी नु ब्याह के लेवण नु फिरदा जे ओने आहा साडे लच्छां देख ले हां हुन ता मार देना ओने प्राइवेट वी क्या थोड़ी आपा लेवणी आ ले केड़ी कुड़ी आ भरावा हैगी आ प्यार बहुत हो गया हां प्यार च है मनी भाजी प्यार च ना तो क्या लेना दे देखी हाँ
हवेली हवेली नशे पत्ते तो रहत हवेली है भी लै भी चौकी ने कले ने मैं जताता छक्के मार मार चौकी सिरा करता यार चल अगला मैं लाइए फिर होर भाजी रिव्यू आप ही ब्लॉग च आप रिव्यू भी दिता के जी एफ का भी बहुत घेंट आ मूवी बहुत घेंट आ चल चक दे एमी पारना जा ले आया चक इन चल चक छक्का चौकी बस कर मेरे लिए भी को रहन दे छक्के ते छक्का मारी जाना मनदीप कल इना जलूस कढ़ाई जाना न्याणे तो पहली ते छक्का मारता फे चक दूजी ते भी ले चल भाई छड्ड हुण सारियां गल्लां चक ते राज जिहड़ा आपां फिर बस ओही यार मर जा मैं कान टप्पण लगा आहो फिर दस कंधे टप्पण लगा ही फिर की हो गया इन्ना क मेरा व्यामा पट गया बस वाह होर की है माड़ा चक ते सारा ले देख ला ले ले पजामा बे बाद ओही ता गल ता ही कहना पजामा ही पट गया उत्थे की आ फिर की हो गया एडी वड्डी गल थोड़ी आदा ए दूआ थलाईवा आ थलाईवा गंदम स्टाइल टैटू दिखा पहला अपना दिखाई भाजी टैटू टैटू दिखा दे ਇਹ ਹੈਗਾ ਮਨੀ ਬਾਪੂ ਇਹ ਕੀ ਉਹ ਡੈਡੀ ਦੀ ਬਾਤ ਘਾੜਦੀਆਂ ਨਿਸ਼ਾਨੀਆਂ ਇਧਰਲੇ ਪਾਸੇ ਲਗਾਇਆ ਸੀ ਉਹ ਘੁੰਮ ਕੇ ਇਧਰਲੇ ਪਾਸੇ ਹੋ ਗਿਆ ਇਹ ਹੈ ਨਾ ਇਹ ਭਾਈ ਦੇ ਮੈਂ ਤਾਂ ਮੈਂ ਉਹੀ ਦੱਸਣ ਲੱਗਾ ਜਦੋਂ ਭਾਜੀ ਸੀਗਾ ਜਾਨ ਚ ਇਹ ਪਹਿਲੀਆਂ ਜਨਾ ਮੁੰਡਾ ਜਾਨ ਚ ਬਹੁਤ ਸੀਗਾ ਡੋਲੇ ਡੂਲੇ ਜਾਨੀ ਕੇ ਮੁੰਡੇ ਦਾ ਸੀਗਾ ਜਾਨੀ ਕੇ 26 ਇੰਚ ਦਾ ਕਹਿੰਦਾ 26 ਇੰਚ ਦਾ ਸੀਗਾ ਅਸੀਂ ਹੁਣ ਤੱਕ ਬੋਡੀ ਬਿਲਡਿੰਗ ਕਰ ਦਿੱਤੀ ਕਰੀ ਜਾਂਦੀ ਆ 56 ਇੰਚ ਦੀ ਇਹਦੀ ਛਾਤੀ ਸੀਗੀ ਬੋਡੀ ਹੋ ਰਹੀ ਨਹੀਂ ਪਰ ਬਿਲਡਿੰਗ ਅਸੀਂ ਕਰੀ ਜਾਂਦੇ ਮੈਂ ਉਹੀ 56 ਇੰਚ ਦੀ ਸੀਗੀ ਛਾਤੀ ਤੇ 26 ਇੰਚ ਦਾ ਸੀਗਾ ਡੋਲਾ ਬਾਹਾਂ ਬੂਹਾਂ ਸੀਗੀਆਂ ਮੋਟੀਆਂ ਤਾਂ ਉਦੋਂ ਫਿਰ ਮਨੀ ਲਿਖਾ ਲਿਆ ਇੱਧਰ ਭਾਵੀ ਲਈਦਾ ਸੀ ਉਦੋਂ ਮੈਂ ਉਹੀ ਦੱਸਣ ਲੱਗਾ ਵੀ ਮਨੀ ਇੱਧਰ ਬਾਹ ਤੇ ਲਿਖਾ ਲਿਆ ਬਾਪੂ ਇੱਧਰ ਸੀਗਾ ਦੂਜੇ ਪਾਸੇ ਤੇ ਕਦ ਦਿਖਾਈ ਇਹਨਾਂ ਨੂੰ ਕਿੱਥੇ ਸੀਗਾ ਬਾਪੂ ਉਹ ਨਹੀਂ ਇੱਧਰਲੇ ਪਾਸੇ ਹਾਂ ਉਹ ਹੁਣ ਮੁੰਡਾ ਹੁਣ ਗਰਮੀ ਆ ਥੋੜਾ ਜਿਹਾ ਸੁੱਕ ਗਿਆ ਉਹ ਬਾਪੂ ਘੁੰਮ ਕੇ ਇੱਧਰ ਆ ਗਿਆ ਥੋੜਾ ਜਿਹਾ ਹੁਣ ਬਥੇਰੀ ਕੋਸ਼ਿਸ਼ ਕਰ ਰਿਹਾ ਬਾਪੂ ਆਪਣੇ ਥਾਂ ਤੇ ਜਾ ਰਿਹਾ ਪਰ ਬਾਪੂ ਉੱਥੇ ਹੀ ਅੜ ਗਿਆ ਆ ਹਾਂ ਚੱਲ ਕੋਈ ਗੱਲ ਨਹੀਂ ਫੇਕ ਕੀ ਹੋ ਗਿਆ ਮੁੜ ਕੇ ਆਉਨੇ ਆ ਅਸੀਂ ਐਂਟਰੀ ਫੇਕ ਮਨੀ ਨੇ ਵੀ ਬਾਪੂ ਬਣਨਾ ਹੀ ਆ ਕਿਸੇ ਦਿਨ ਫੇ ਹੁਣ ਰੱਖੀ ਰੱਖ ਇੱਥੇ ਹੁਣ ਪਿਆਰ ਜਾ ਆਏ ਆ ਭਰਾ ਬਹੁਤ ਆ ਵਲੌਗਾਂ ਚ ਮਨੀ ਨੂੰ ਪਿਆਰ ਹੋ ਗਿਆ ਨਾ ਨਾ ਆ ਵਲੌਗਾਂ ਰਾਹੀਂ ਉਸ ਬੰਦੇ ਨੂੰ ਪਿਆਰ ਜਾ ਰਿਹਾ ਮੇਰੇ ਓ ਹੋ 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 ਤਾਂ ਹੀ ਦੇਖਦਾ ਮੈਂ ਵਲੌਗ ਛੇਤੀ ਛੇਤੀ ਪਹਿਣਾ ਕਿੰਨੇ ਪੁੰਨ ਦਾ ਮੈਂ ਕੰਮ ਖੱਟ ਰਿਹਾ ਆ ਬੰਦੇ ਤੱਕ ਪਿਆਰ ਪਹੁੰਚ ਰਿਹਾ ਆ ਪਹਿਲੇ ਤੇ ਥੋੜੀ ਬੇਇੱਜ਼ਤੀ ਹੋ ਗਈ ਕਿਹੜੀ ਬੇਇੱਜ਼ਤੀ ਹੋਈ ਪਹਿਲੇ ਜਿਹੜੀ ਅਸੀਂ ਬੋਡੀ ਬਿਲਡਿੰਗ ਜ਼ਿਆਦਾ ਕਰਦੀ ਉਹਦੇ ਕਰਕੇ ਹੋ ਗਈ ਉਹ ਕਹਿੰਦੀ ਆਹ ਕਿਹੜੇ ਕੰਮ ਕਰਦੇ ਆ ਤੁਸੀਂ ਉਹ ਹੈ ਇਦਾਂ ਦੇ ਸ਼ੌਕ ਵੀ ਰੱਖਦੇ ਤੁਸੀਂ ਉਹ ਕਹਿੰਦੀ ਉਹ ਨਹੀਂ ਨਹੀਂ ਮੈਂ ਪਤਾ ਅਸੀਂ ਇੱਥੇ ਪਾ ਕੇ ਰੱਖੇ ਸੀ ਉਹਦਾ ਉਹ ਪਿੱਛੇ ਘਰ ਦੇ ਜਾ ਰਿਹਾ 10 ਮਿੰਟ ਦੇ ਵਿੱਚ ਉਹਦੇ ਕੋਲ ਪਹੁੰਚ ਗਿਆ ਨਹੀਂ ਮੈਂ ਪਤਾ ਕਿੱਦਾਂ ਮੈਂ ਤੈਨੂੰ ਦੱਸਦਾ ਨਾ ਮੈਂ ਤਾਂ ਉੱਥੇ ਤਾਂ ਕਹਿਤਾ ਵੀ ਮਨੀ ਆਪਣੀ ਬੋਡੀ ਦਿਖਾ ਮੈਨੂੰ ਤਾਂ ਪਹਿਲੀ ਵਾਲਾ ਸੀਗਾ ਤੇਰਾ ਸਰੀਰ ਮੈਂ ਖਰਿਆ ਉਹ ਪੈ ਜਦੋਂ ਤੂੰ ਟੀ ਸ਼ਰਟ ਲਾਈ ਮੈਂ ਕਿਹਾ ਕਿਹੜਾ ਮਨੀ ਆ ਗਿਆ ਉਦੋਂ ਫਿਰ ਮੈਂ ਚੌਂ ਬੰਦੇ ਨਾ ਕਹਿਣ ਜੋਗਾ ਮਨੀ ਟੀ ਸ਼ਰਟ ਪਾ ਲਾ ਆ ਮੇਰੀ ਹੁਣ ਦੇਖ ਲਓ ਤੁਸੀਂ ਇਹ ਵਰਕ ਟਾਈਮ ਲੁੱਕ ਆ ਮੇਰੀ ਮੈਂ ਨਹਾ ਧੋ ਕੇ ਐਂਟਰੀ ਮਾਰਦਾ ਦੁਬਾਰਾ ਸੀ ਯੂ ਗਾਇਸ ਚੱਲ ਠੀਕ ਆ ਫਿਰ ਨਹਾ ਕੇ ਆ ਫਿਰ ਮਿਲਾਉਣਾ ਓਕੇ ਲਵ ਯੂ ਆਲ ਮਾਈ ਫਰੈਂਡਸ ਓਏ ਹੋਏ ਚਿੱਕਾ ਮੋਰਾਵਾਲੀ ਓਲਾ
ਚੱਲ ਫੇ ਓਕੇ ਜਾਂ ਨਾ ਕੇ ਆ ਛੇਤੀ ਫੇ ਸੋਹਣਾ ਜਿਹਾ ਬਣ ਕੇ ਆ ਚੱਲ ਫੇ ਮਨੀ ਭਾਈ ਦੀ ਹਵੇਲੀ ਦੇਖ ਲਓ ਹੁਣ ਆਪਾਂ ਮਨੀ ਭਾਈ ਦੀ ਹਵੇਲੀ ਵੱਲ ਨੂੰ ਵੱਧ ਰਹੇ ਆ ਮੈਂ ਇਦਾਂ ਕਰਨ ਲੱਗ ਪਿਆ ਵੀ ਫ੍ਰੀ ਹੋ ਜਾਊਗਾ ਸਾਰਾ ਲੋਕ ਹੀ ਟੁੱਟ ਗਿਆ ਭਾਜੀ ਨੇ ਤੋੜਤਾ ਮੋਟਰਸਾਈਕਲ ਦਾ ਲੋਕ ਚਾਬੀ ਗਵਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੱਦਾਂ ਤੋੜਿਆ ਵੈਲਕਮ ਆ ਸਾਰਿਆਂ ਦਾ YouTube family ਆ ਵੈਲਕਮ ਕਰਦੇ ਇੱਥੋਂ ਸ਼ੁਰੂਆਤ ਹੋਈ ਆ ਸਾਰੇ ਕਾਸੇ ਦੀ ਹਾਂ ਪਹਿਲੀ ਪੌੜੀ ਅਸੀਂ ਇੱਥੋਂ ਲਓ ਜੀ ਭਾਜੀ ਦੇ ਆ ਹੋ ਗਈ ਹਵੇਲੀ 'ਚ ਆਪਣੀ ਐਂਟਰੀ ਆ ਭਾਜੀ ਦੇ ਜਾਨਵਰ ਜਿਹੜੇ ਰੱਖੇ ਹੋ ਆ ਤੇ ਇੱਕ ਮਸ਼ਹੂਰ ਚੀਜ਼ ਦਿਖਾਉਣੀ ਆ ਮਨੀ ਭਾਈ ਦਾ ਬਾਥ ਟੱਬ ਮੈਂ ਸਾਰੇ ਬੰਦੇ ਚਲੇ ਆ ਚਨਾਉਂਦੇ ਜੀ ਹਾਂ ਇਹ ਹੈਗਾ ਮਨੀ ਭਾਜੀ ਦਾ ਬਾਥ ਟੱਬ ਮੋਟਰ ਤੇ ਮੈਂ ਉਹਦੇ ਦੇਸੀ ਜਦੋਂ ਮਨੀ ਭਾਜੀ ਨੂੰ ਜਾਣ ਕੇ ਜਦੋਂ ਮਨੀ ਭਾਜੀ ਆਪਣੇ ਨਾ ਸ਼ਾਹੀ ਫੀਲਿੰਗ ਲੈਣੀ ਹੁੰਦੀ ਆ 5 ਸਟਾਰ ਹੋਟਲਾਂ ਵਾਲੀ ਉਦੋਂ ਫਿਰ ਇੱਥੇ ਲੰਮਾ ਪੈ ਕੇ ਨਹਾਉਂਦਾ ਚੋਬਰ ਜਦੋਂ ਇਹਨਾਂ ਸਰੀਰ ਰਿਲੈਕਸ ਕਰਨਾ ਹੁੰਦਾ ਮੋਟਰ ਚਲਾ ਕੇ ਇਹ ਹੈਗਾ ਬਾਥ ਟੱਬ ਰਿਫਰੈਸ਼ਮੈਂਟ ਆ ਮਨੀ ਭਾਜੀ ਦਾ ਜਾਨਵਰ ਦੇਖ ਲਓ ਲੈ ਤਾਂ ਕੋਈ ਗੱਲ ਨਹੀਂ ਫੇਕ ਹੀ ਹੋ ਗਿਆ ਉਹ ਮਨੀ ਭਾਜੀ ਦੀ ਰੇਂਜ ਰੋਵਰ ਆਹਾ ਆ ਮੋਰਲਾ ਹਿੱਸਾ ਰੇਂਜ ਰੋਵਰ ਦਾ ਪੱਠਾ ਲੈ ਕੇ ਆਉਂਦਾ ਜਿੱਤੇ ਇਹ ਜਾਨਵਰ ਬਹੁਤ ਰੱਖੇ ਹੋ ਭਾਜੀ ਤੂੰ ਸਾਰੇ ਖਾਸ ਬੰਦੇ ਆ ਸ਼ਟਰ ਤੇ ਵੀ ਹੋਗਾ ਆ ਕਿੰਨੇ ਲੀਟਰ ਦੁੱਧ ਆ 14 ਲੀਟਰ ਇੱਕ ਟਾਈਮ ਬੱਲੇ ਸਾਰੇ ਖਾਸ ਬੰਦੇ ਨਾਲ ਜਵਾ ਦੇਖ ਲਓ 07 ਸਬਸਕ੍ਰਾਈਬ ਕਰਦਾ ਆ ਮਨੀ ਭਾਜੀ ਚਿੱਤਰਕਾਰੀ ਵੀ ਕਰ ਲੈਂਦਾ ਆ ਜੇ ਕਿਸੇ ਨੂੰ ਇਦਾਂ ਕੰਮ ਕਰਾਉਣਾ ਚਾਹੁੰਦੇ ਆ ਤੁਸੀਂ ਤੇ ਮਨੀ ਭਾਜੀ ਨਾਲ ਕੰਟੈਕਟ ਕਰ ਸਕਦਾ ਆ ਆਈਡੀ ਬੋਲ ਦੇ ਮਨੀ ਭਾਜੀ ਆਪਣੀ ਮੇਰੀ ਆਈਡੀ ਹੈਗੀ ਇੰਸਟਾਗ੍ਰਾਮ ਦੀ ਪੁਰੇਵਾਲ ਜੱਟ 14 ਹਾਂ ਜੇ ਕੋਈ ਇਦਾਂ ਦੀ ਚਿੱਤਰਕਾਰੀ ਕਰਾਉਣਾ ਚਾਹੁੰਦਾ ਹੈ ਮਨੀ ਭਾਈ ਤੋਂ ਤਾਂ ਜ਼ਰੂਰ ਮਨੀ ਭਾਈ ਦਾ ਕੰਟੈਕਟ ਕਰਨ ਤੇ ਆ ਮਨੀ ਭਾਈ ਦਾ 5 ਸਟਾਰ ਹੋਟਲ ਤੋਂ ਵੀ ਖਰਾ ਰੂਮ ਅੱਜ ਦਾ ਕਾਂਡ ਵੀ ਦੇਖ ਲਓ ਬੇਟਾ ਕੀ ਹੋਇਆ ਸੱਚ ਮਨੀ ਭਾਜੀ ਭਾਈ ਅੱਜ ਯਾਰ ਹਾਂ ਮਨੀ ਭਾਈ ਦਾ ਝੋਟਾ ਚਾਬੀ ਗਈ ਗਵਾਚ ਤਾਂ ਮੈਂ ਸੋਚਿਆ ਸ਼ਾਇਦ ਮੈਂ ਆਪੇ ਹੀ ਚਾਬੀ ਚੁੱਬੀ ਲਾ ਲਵਾਂਗਾ ਹਾਂ ਅਸੀਂ ਆ ਥਾਂ ਹੀ ਖਾਲੀ ਕਰਤਾ ਚਾਬੀ ਵਾਲਾ ਦਿਖਾਤਾ ਚਲੋ ਜੀ ਚਾਬੀ ਵਾਲਾ ਥਾਂ ਖਾਲੀ ਹੋ ਗਿਆ ਲੋਕ ਹੁਣੀ ਥੱਲੇ ਪਏ ਆ ਜਿਹਦਾ ਮੋਟਰਸਾਈਕਲ ਆ ਬਲੌਗ ਉਹਨੇ ਵੀ ਦੇਖਣਾ ਆ ਉਹਨੂੰ ਤਾਂ ਮਾਮਾ ਭਾਜੀ ਮਾਮਾ ਅਟੈਕ ਆ ਜਾਣਾ ਉਹਨੂੰ ਹੈ ਲੋਕ ਤੋੜਤਾ ਤੂੰ ਉਹਦਾ ਆ ਦੇਖ ਲਓ ਵੀ ਭਾਜੀ ਤੂੰ ਬਲੌਗ ਇਹਦਾ ਦੇਖਣਾ ਹੀ ਆ ਕਰ ਇਹਨਾਂ ਕੰਟੈਕਟ ਲੈ ਬਈ ਚੱਲ ਹੁਣ ਭਾਬੀ ਨੂੰ ਵਲੌਗ ਰਾਹੀਂ ਪ੍ਰਪੋਜ਼ ਕਰਨਾ ਕਿ ਫੇਸ ਟੂ ਫੇਸ ਲਾਈਵ ਕਰਾਂਗੇ ਲਾਈਵ ਇਦਾਂ ਦੀ ਗੱਲ ਨਹੀਂ ਹੈ ਹਾਂ ਅਸਲ 'ਚ ਗੱਲ ਪਿਆਰ ਦੀ ਸੀਗੀ ਮੇਰਾ ਨਹੀਂ ਸੀ ਲੱਗਦਾ ਇਹ ਦਿਲ ਚਾਬੀ ਗਵਾਚੀ ਉਹ ਚਲੋ ਉਦੋਂ ਹੋ ਲੇਟ ਉਹਨੂੰ ਫੇਰ ਬਥੇਰਾ ਹੱਥ ਪੱਲਾ ਮਾਰਿਆ ਕਿ ਅੱਜ ਗੇੜੀ ਛੇੜੀ ਮਾਰੀ ਜੀ ਵੇ ਸਕੂਟਰੀ ਦੇ ਤਾਂ ਗੇੜੀ ਮਾਰਦਾ ਬੰਦਾ ਉਹ ਮੈਂ ਨਾ ਮੈਨੂੰ ਉਹ ਚੀਜ਼ ਬਹੁਤ ਪਸੰਦ ਆਈ ਵਾਲੀ ਆਪਣੇ ਫਿੰਗਰ ਟੱਚ ਸੈਂਸਰ ਵਾਲੀਆਂ ਆ ਨਾ ਸਵਿਚ ਵਾਹੋ ਇਹ ਐਂਟਰੀ ਆ ਆ ਜਿਹੜਾ ਗੇਟ ਆ ਨਾ ਆ ਗੇਟ ਆ ਇਹ ਗੇਟ ਦੇ ਅੰਦਰ ਕੋਈ ਜਾ ਨਹੀਂ ਸਕਦਾ ਇਹ ਸਕੈਨਰ ਲੱਗਾ ਆ ਪਹਿਲਾਂ ਇਹ 'ਚ ਤੁਸੀਂ ਆਪਣਾ ਸਕੈਨ ਕਰਾ ਕੇ ਆਪਣਾ ਫਿੰਗਰ ਅਪਲੋਡ ਕਰਾਓ ਫਿਰ ਇਹ ਗੇਟ ਖੁੱਲਦਾ ਆਪਣੇ ਆਪ ਮਾੜਾ ਧੀੜਾ ਬੰਦਾ ਨਹੀਂ ਇਹ ਸੈਂਸਰ ਯੂਜ਼ ਕਰਦਾ ਉਹਦਾ ਫੀਚਰ ਜਾਣੀ ਕਿ ਫੀਚਰਾਂ ਨਾਲ ਨਾ ਇਹ ਹਵੇਲੀ ਭਰੀ ਪਈ ਆ ਫੀਚਰ ਅਨਲਿਮਿਟਡ ਫੀਚਰ ਆ 5 ਸਟਾਰ ਹੋਟਲ ਨਾਲੋਂ ਜ਼ਿਆਦਾ ਫੀਚਰ ਆ ਆਹ ਭਾਜੀ ਦੀ ਅਲਮੀਰਾ ਇਹ ਅਲਮਾਰੀ ਹੈ ਨਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਫੀਚਰ ਆ ਇਹ 'ਚ ਇਹ ਤਾਂ ਬਹੁਤ ਕੁਛ ਆ ਇਹ ਰਿਮੋਟ ਤੇ ਚੱਲਦੀ ਆ ਤੁਰਦੀ ਵੀ ਆ ਤੇ ਜੇ ਅੰਦਰ ਹਾਂ ਹਵੇਲੀ ਆਓ ਫੇਰ ਤੁਹਾਨੂੰ ਇਹ ਜੇ ਮਨੀ ਭਾਈ ਨੂੰ ਨਾ ਗਰਮੀ ਲੱਗੇ ਹੁਣ ਗਰਮੀਆਂ ਜਿੱਦਾਂ ਦਿਨ ਆ ਇਹ ਇਹ ਅਲਮਾਰੀ 'ਚ ਏਸੀ ਲੱਗਾ ਆ ਮਨੀ ਭਾਈ ਰਾਤ ਨੂੰ ਇਹ 'ਚ ਸੌਂਦਾ ਆਹ ਮਨੀ ਭਾਈ ਜਿਹੜਾ ਪੜਦਾ ਆ ਇਹਨਾਂ ਸਾਫ਼ ਕਰ ਲਏ ਆ ਐਨੀਮੇਸ਼ਨ ਲਈ ਇਹ ਪੜਦਾ ਮੈਂ ਉਹਲੇ ਯੂਜ਼ ਕਰਨਾ ਹੁਣ ਇਹ ਚ ਬਲੌਗ ਬਲੂਗ ਵੀ ਗ੍ਰੀਨ ਸਕਰੀਨ ਤੇ ਬਣ ਜਾਣੇ ਤਾਂ ਇਹ ਕਰਨਾ ਹੁਣ ਮੈਂ ਬੰਦੇ ਸਾਡੇ ਫੋਟੋਗ੍ਰਾਫੀ ਕਰਨ ਬਾਹਰ ਸ਼ਟਰਾਂ ਤੇ ਆਉਂਦੇ ਆ ਸਪੈਸ਼ਲ ਭਾਜੀ ਸਾਡੇ ਫੋਟੋ ਖਿੱਚ ਲੈ ਹੁੰਦਾ ਕੱਦੀ ਇਹ ਪੜਦੇ ਦੀ ਹਨਾ ਬੋਲੀ ਲੱਗੀ ਸੀਗੀ ਇਹ 2 ਮਿਲੀਅਨ ਤੱਕ ਤਾਂ ਚੱਲ ਗਿਆ ਆ ਦੇਖੋ ਉੱਪਰਲੀ ਡਿਜ਼ਾਈਨਿੰਗ ਦਾ ਦੇਖੋ
ਚਿੱਤਰਕਾਰੀ ਬਹੁਤ ਘੈਂਟ ਹੈ ਯਾਰ, ਹੈਂਡਮੇਡ ਆ। ਹਾਂ ਹੈਂਡਮੇਡ ਹੈਂਡਮੇਡ ਆ ਮਨੀ ਭਾਈ ਦਾ ਹੈਂਡਮੇਡ ਆ। ਬਾਕੀ ਇੱਥੇ ਸਾਰਾ ਗੇਨਰ ਗੂਨਰ ਵੀ ਮਿਲੂ ਸਾਡੇ, ਪੂਰਾ ਪਟੀਨ ਪਟੂਨ ਚੱਲਦਾ ਇੱਥੇ। ਮਨੀ ਭਾਜੀ ਆ ਤਾਂ ਮੈਂ ਦੇਖਿਆ ਹੀ ਨਹੀਂ, ਡੱਬਾ ਖਾਂਦਾ ਹੈ ਮਨੀ। ਮੈਂ ਤਾਂ ਤਾਂ ਹੀ ਦੱਸਿਆ ਸੀਗਾ ਮੁੰਡੇ ਦੀ ਸਿਹਤ ਪਹਿਲੀਆਂ ਚ ਬਹੁਤ ਹੁੰਦੀ ਸੀਗੀ, ਮਾੜੇ ਧੀੜੇ ਨਹੀਂ ਹੈਗੇ ਛੱਡਣਾ ਪਿਆ ਰਬਾ। ਹੁਣ ਡਾਊਨ ਹੋ ਗਈ ਆ ਤੇ ਹੁਣ ਭਾਜੀ ਕਹਿੰਦਾ ਸਾਈਜ਼ ਫੇਰ ਚੱਕਦੇ ਆ ਹਨਾ। ਤੇ ਅੱਜ ਕੱਲ ਮੈਨੂੰ ਕੁਛ ਆ ਬੈੱਡ ਤੇ ਹਲੇ ਤੱਕ ਤਾਂ ਕੁਛ ਲੱਭਿਆ ਨਹੀਂ ਭਾਜੀ, ਸਫਾਈ ਵਾਹਵਾ ਹੀ ਕੀਤੀ ਉਹ। ਆ ਭਾਜੀ ਦਾ ਪਜਾਮਾ ਟਰਾਊਜ਼ਰ ਕੱਲ ਹੀ ਆ ਇਹ, ਜਾਣੀ ਕਿ ਯਾਰ ਮੈਂ ਕੀ ਦੱਸਾਂ ਹੁਣ ਇਹ ਚੀਜ਼ਾਂ ਇਹ ਦਿਖਾਉਣ ਵਾਲੀਆਂ ਥੋੜੀ ਆ, ਇਹ ਤਾਂ ਇਕੱਲੀਆਂ ਇੱਕੋ ਹੀ ਚੀਜ਼ ਇੱਕੋ ਇੱਕੋ ਪੀਸ ਬਣੇ ਹੋਆ ਪੂਰੀ ਦੁਨੀਆ ਦੇਖੋ ਸਾਡੇ ਜਿਹੜਾ ਬੰਦਾ ਪਾਊਗਾ ਉਹਨੂੰ ਏਦਾਂ ਨਾਲ ਨਾਲ ਆ ਜੀ ਇਹ ਗੱਦਾ ਜਾਣੀ ਕਿ ਇੰਨੇ ਕ ਮਹਿੰਗੇ ਆ ਜਿੱਦਾਂ 5 ਸਟਾਰ ਹੋਟਲਾਂ 'ਚ ਨਹੀਂ ਲੱਗੇ ਹੁੰਦੇ ਸਪਰਿੰਗ ਵਾਲੇ। ਦੇਖੋ ਆਹ ਗੱਦਾ ਹੈਗਾ ਕਿਸੇ ਕੋਲ, ਆਹ ਦੇਖੋ ਨਾਲ ਬੋਰਡ ਦੇ ਇੱਥੇ ਜਦੋਂ ਇਹਦੇ ਉੱਪਰ ਕੋਈ ਲੰਮਾ ਪੈਣਾ ਨਾ ਤੁਹਾਨੂੰ ਇਹਦਾ ਜੰਪ ਤਾਂ ਲੱਗੀ ਰਹੂਗੀ, ਨਾ ਕੇ ਨਹਾ ਕੇ ਲਾਉਣੀ ਪਊਗੀ, ਪਤਾ ਲੱਗੂਗਾ ਇੱਕ ਵਾਰੀ ਤੁਸੀਂ ਮਨੀ ਦੀ ਵੇਲੀ ਲੰਮੇ ਪੈ ਕੇ ਆਏ ਆ, ਆਹ ਚੀਜ਼ ਨਾਲ ਜੁੜ ਜੂ ਇੱਕ ਵਾਰੀ ਤਾਂ। ਓਏ ਹੋਏ ਹੋਏ ਇੰਨੇ ਮਨੀ ਭਾਜੀ ਫੀਚਰ ਅਸੀਂ ਸਾਡੇ ਤਾਂ ਯਾਰ ਦਿਲ ਚ ਵੀ ਫੀਚਰ ਬਹੁਤ ਆ। ਓਏ ਹੋਏ ਹੋਏ ਬੰਦਾ ਦੇਖਣ ਵਾਲਾ ਤਾਂ ਬਣੇ ਇਹ, ਹੁਣ ਚਾਹੇ ਸਾਡੇ ਜੁੱਤੀ ਵੱਧਦੀ ਹੋਵੇ ਇੱਥੇ ਲੋਕ ਤੋੜਿਓ ਮੋਟਰਸਾਈਕਲਾਂ ਦੇ ਗਾਣਾ, ਕੱਲ ਨੂੰ ਵਾਹਵਾ ਹੀ ਪੈਣੀਆਂ ਆ। ਚੱਲ ਹੁਣ ਭਾਬੀ ਨੂੰ ਫੇਸ ਟੂ ਫੇਸ ਪ੍ਰਪੋਜ਼ ਕਰਨਾ, ਦੇਖਦੇ ਆ ਹਜੇ ਆ ਜਾਂ ਨਹੀਂ ਪੈਂਦਾ ਹੈ ਕੱਲੇ, ਹਜੇ ਦਿਲ ਦਾ ਹਜੇ ਨਵਾਂ ਨਵਾਂ ਪਿਆਰ ਆ ਨਾ। ਬਲੌਗ ਵੀ ਪਹਿਲਾਂ ਭਾਬੀ ਨੇ ਦੇਖਿਆ ਕਹਿੰਦੇ, ਬਲੌਗ ਵੀ ਯਾਰ ਸਾਨੂੰ ਤਾਂ ਉਸੇ ਟਾਈਮ ਮੈਸੇਜ ਆਉਣ। ਚੱਲ ਆ ਜਾ ਬਾਹਰ ਨੂੰ ਫੇਰ ਇੱਥੇ ਵਧੀਆ ਹਲੇ ਸਾਫ ਜਿਹਾ ਕੰਮ। ਹਾਂ 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 ਲੈ ਤਾਂ ਨਿੰਬੂ ਲਾਏ ਆ, ਨਿੰਬੂ ਗਰਮੀਆਂ ਦਾ ਸੀਜ਼ਨ ਹੈ ਨਾ ਤਾਂ ਕਰਕੇ। ਬਾਕੀ ਸਾਡੇ ਦੇਖ ਲਓ ਜਿਹੜੇ ਬੰਦੇ ਬਾਹਰ ਦੇ ਕਹਿੰਦੇ ਸਫਾਈ ਨਹੀਂ ਰੱਖਦਾ, ਦੇਖ ਲਓ ਸਫਾਈ ਸਫੂਈ ਸਾਡੇ ਪੂਰੀ ਆ, ਇਨਵਾਇਰਮੈਂਟ ਦਾ ਹੀ ਪੂਰਾ ਧਿਆਨ ਰੱਖਦਾ ਮੁੰਡਾ। ਦੇਖੋ ਗੋਹਾ ਗੋਹਾ ਥੋੜ੍ਹੀ ਜਿਹਾ ਹੁਣ ਸ਼ਾਮ ਵਾਲਾ ਚੱਕਣ ਵਾਲਾ ਆ। ਠੀਕ ਆ ਜੀ, ਤੇ ਬਸ ਫੇ ਮਨੀ ਭਾਜੀ ਅੱਜ ਲਈ ਇੰਨਾ ਕੁ ਬਲੌਗ ਆ ਹਨਾ। ਹੁਣ ਸਵੇਰ ਨੂੰ ਹੁਣ ਦੇਖ ਲਓ ਮਿੱਤਰੋ, ਇੱਦਾਂ ਨਾ ਕਰਿਓ ਜਿੱਦਾਂ ਪਹਿਲੇ ਦੂਜੇ ਨੂੰ ਪਿਆਰ ਕੀਤਾ ਆਪਣੇ ਬਲੌਗ ਨੂੰ, ਬਲੌਗ ਨੂੰ ਜੇ ਤਾਂ ਪਹਿਲੇ ਬਲੌਗ ਨੂੰ ਪਿਆਰ ਕੀਤਾ ਇਦਾਂ ਹੀ ਦੂਜੇ ਨੂੰ ਕਰਨਾ ਆ ਤੇ ਰਿਪੀਟ ਸਬਸਕ੍ਰਾਈਬ ਕਰ ਲੈਣ ਯਾਰ ਛੇਤੀ ਤੋਂ ਛੇਤੀ ਬਣੀ ਕਰ ਲਓ। ਬਾਕੀ ਇਦਾਂ ਦੀ ਗੱਲ ਨਹੀਂ, ਜਿਹੜਾ ਬੰਦਾ ਬਲੌਗ ਬਣਾਉਣ ਵਾਲਾ ਉਹ ਵੀ ਪੂਰਾ ਡਾਊਨ ਟੂ ਅਰਥ ਆ, ਸਾਨੂੰ ਇਦਾਂ ਦਾ ਕੋਈ ਲਾਲਚ ਨਹੀਂ ਹੈਗਾ ਅਸੀਂ ਤਾਂ ਉਦਾਂ ਨਹੀਂ। ਹੁਣ ਇਦਾਂ ਕਰਦੇ ਆ ਆਹ ਬਲੌਗ ਆਪਾਂ ਪਾ ਦੇਣਾ ਤੇ ਹੁਣ ਦੇਖਦੇ ਆ ਕੋਈ ਪ੍ਰੈਂਕ ਪ੍ਰੂੰਕ ਵਾਲੀ ਵੀਡੀਓ ਲੈ ਕੇ ਆਵਾਂਗੇ ਹਨਾ, ਕਿਸੇ ਨਾ ਕੋਈ ਵਧੀਆ ਜਿਹਾ ਪ੍ਰੈਂਕ ਕਰਾਂਗੇ। ਸਾਡੇ ਦਿਮਾਗ ਦੇ ਵਿੱਚ ਤਾਂ ਹੀ ਆਇਆ, ਸਾਡੇ ਤਾਂ ਰੋਜ਼ ਕੁਛ ਨਾ ਕੁਛ ਹਾਸੇ ਵਾਲਾ ਹੋਇਆ ਹੀ ਰਹਿੰਦਾ ਸੀਗਾ, ਬਾਕੀਆਂ ਨੂੰ ਵੀ ਇਨਵਾਇਟਮੈਂਟ ਕੋਈ ਨਾ ਕੋਈ ਆਪਾਂ ਕਰਾਂਗੇ ਹੁਣ, ਕਿਉਂਕਿ ਪਹਿਲੇ ਦੋ ਤਿੰਨ ਕੁ ਬਲੌਗ ਤਾਂ ਇਦਾਂ ਹੀ ਇੰਟਰੋ ਇੰਟਰੋਆਂ 'ਚ ਲੰਘ ਜਾਂਦੇ ਆ। ਹਾਂਜੀ ਬਈ ਬੰਦਾ ਕੌਣ ਕਿੱਦਾਂ ਆ ਬਲੌਗ ਬਣਾਉਣਾ, ਹੁਣ ਸਾਰੇ YouTube ਤੇ ਹੁਣ ਆਪਾਂ ਪਾਵਾਂਗੇ ਇੱਕ ਦੂਜੇ ਨੂੰ ਜਾਣਦੇ ਹੋਵਾਂਗੇ ਤਾਂ ਹੀ ਆ। ਆਪਣੇ ਲਾਗੇ ਵਾਲੇ ਬੰਦਿਆਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ, ਇੱਧਰ ਚਿੱਕਾ ਮੋਰਾਂ ਵਾਲੀ ਪੈਂਸਾਂ, ਇਹਨਾਂ ਬੰਦਿਆਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਸਾਰੇ। ਚਲੋ ਠੀਕ ਆ ਠੀਕ ਆ, ਓਕੇ ਆ, ਥੈਂਕ ਯੂ ਮੇਰੇ ਭਰਾ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ ਸ਼ੇਅਰ ਕਰਨਾ ਨਾ ਭੁੱਲਿਓ, ਸਪੋਰਟ ਕਰੋ ਮੇਰੇ ਭਰਾ। ਠੀਕ ਹੈ, ਘੈਂਟ ਘੈਂਟ ਆਉਂਗੇ ਬਲੌਗ ਹੁਣ, ਮਨੀ ਭਾਈ ਕਰਦੇ ਬਾਏ। ਓਕੇ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਦੇ ਹਾਂ ਕੱਲ ਨੂੰ ਫੇਰ। ਹਾਂਜੀ, ਕਹਿੰਦੇ ਹੁਣੇ ਸਾਰਾ ਬਲੌਗ ਮੁੱਕ ਗਿਆ ਆ, ਸਰਪ੍ਰਾਈਜ਼ ਸਰਪ੍ਰਾਈਜ਼ ਕਰੀ ਜਾਂਦਾ ਸੀ ਅਤੇ ਸਰਪ੍ਰਾਈਜ਼ ਤਾਂ ਹਾਲੇ ਤੱਕ ਕੋਈ ਆਇਆ ਨਹੀਂ। ਸਰਪ੍ਰਾਈਜ਼ ਬਾਬਿਓ ਤੁਹਾਡੇ ਲਈ ਇਹ ਆ, ਜਿੱਦਣ ਆਪਣੇ 5K ਹੋ ਗਏ ਸਬਸਕ੍ਰਾਈਬਰ ਚੈਨਲ 'ਤੇ ਹਨਾ, ਉੱਦਣ ਆਪਾਂ ਤੁਹਾਨੂੰ ਇੱਕ ਗਿਵ ਅਵੇ ਕਰਾਂਗੇ ਇੱਕ ਘੈਂਟ ਜਿਹਾ, ਠੀਕ ਆ, ਜਿੱਦਣ 5K ਸਬਸਕ੍ਰਾਈਬਰ ਹੋ ਗਏ। ਹੁਣ ਆਪਾਂ ਹਾਈਡ ਕੀਤੇ ਹੋ ਆ ਹਨਾ, ਅਤੇ ਜਿੱਦਣ ਆਪਣੇ 2K ਹੋ ਗਏ ਉੱਦਣ ਆਪਾਂ ਅਨਹਾਈਡ ਵੀ ਕਰ ਦੇਵਾਂਗੇ। ਚਲੋ ਅਨਹਾਈਡ ਵੀ ਕਰ ਦੇਵਾਂਗੇ, ਤੁਹਾਡੇ ਦਿਲ 'ਚ ਨਹੀਂ ਕੋਈ ਸ਼ੰਕਾ ਚਾਹੀਦੀ ਆਪਾਂ ਨੂੰ, ਠੀਕ ਆ। ਕਹਿਣ ਤੋਂ ਭਾਵ ਇਹ ਆ ਵੀ ਤੁਸੀਂ ਸਬਸਕ੍ਰਾਈਬ ਮੈਨੂੰ ਕਰਨਾ ਹੈ ਨਾ, ਅਤੇ ਮੇਰਾ ਵੀ ਇਹ 'ਚ ਫਾਇਦਾ ਆ ਨਾ, ਤੁਹਾਨੂੰ ਵੀ ਪਤਾ ਹੀ ਆ, ਅਤੇ ਤੁਹਾਡਾ ਵੀ ਕੋਈ ਫਾਇਦਾ ਹੋਣਾ ਚਾਹੀਦਾ ਨਾ ਨਾਲ ਨਾਲ, ਸਬਸਕ੍ਰਾਈਬ ਵੀ ਤੁਸੀਂ ਕਰਨਾ ਹੈ ਸਾਨੂੰ। ਤਾਂ ਇਸ ਕਰਕੇ ਜਿੱਦਣ 5K ਹੋ ਗਏ ਉੱਦਣ ਆਪਾਂ ਇੱਕ ਗਿਵ ਅਵੇ ਕਰਾਂਗੇ, ਠੀਕ ਆ। ਦੂਜੇ ਦਿਨ ਜਿੱਦਣ 5K ਹੋ ਗਏ ਉਹ ਤੋਂ ਦੂਜੇ ਦਿਨ ਇੱਕ ਗਿਵ ਅਵੇ ਘੈਂਟ ਆ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਰ ਦੇਵਾਂਗੇ, ਠੀਕ ਆ। ਇੰਸਟਾਗ੍ਰਾਮ ਦੀ ਆਈ ਡੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਹੈਗਾ ਆ, ਉੱਥੋਂ ਚੱਕ ਕੇ ਫੋਲੋ ਕਰੋ ਮੈਨੂੰ, ਅਤੇ ਫਿਰ ਇੰਸਟਾਗ੍ਰਾਮ 'ਤੇ ਕਰ ਦੇਵਾਂਗੇ, ਠੀਕ ਆ। ਅਤੇ ਜਿੱਦਣ ਆਪਣੇ 2K ਹੋ ਗਏ ਉੱਦਣ ਅਨਹਾਈਡ ਵੀ ਚਲੋ ਕਰ ਦੇਵਾਂਗੇ ਸਬਸਕ੍ਰਾਈਬਰ, ਅਤੇ 2K 'ਤੇ ਆਪਾਂ ਤੁਹਾਨੂੰ ਕਿਸੇ ਬਲੌਗ ਦੇ ਵਿੱਚ ਉਸ ਤੋਂ ਬਾਅਦ ਕਿਸੇ ਵੀ ਬਲੌਗ ਦੇ ਵਿੱਚ ਇਹ ਵੀ ਦੱਸ ਦੇਵਾਂਗੇ ਵੀ ਕੀ ਤੁਹਾਡੇ ਲਈ ਸਰਪ੍ਰਾਈਜ਼ ਆ। ਹੋਰ ਦੱਸੋ, ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਬਹੁਤ ਜ਼ਰੂਰੀ ਆ, ਠੀਕ ਆ। ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦਾ ਲੱਗਾ ਬਲੌਗ, ਨਹੀਂ ਵਧੀਆ ਲੱਗਾ ਤਾਂ ਵੀ ਕਰ ਦਿਆ ਕਰੋ, ਆਪਾਂ ਹੋਰ ਵਧੀਆ ਕਰਦੇ ਕਰਾਂਗੇ ਫਿਰ, ਠੀਕ ਆ। ਸਬਸਕ੍ਰਾਈਬ ਤਾਂ ਕਰਨਾ ਹੀ ਕਰਨਾ ਆ, ਠੀਕ ਹੈ ਨਾ, ਕਰ ਦਿਆ ਕਰੋ ਭਰਾ ਮੇਰੇ। ਚਲੋ ਫਿਰ ਮਿਲਦੇ ਹਾਂ ਸਾਨੂੰ ਅਗਲੇ ਘੈਂਟ ਜਿਹੇ ਬਲੌਗ ਦੇ ਵਿੱਚ, ਬਾਏ ਬਾਏ, ਟਾਟਾ।